ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰੇ ਠੀਕ ਹੋਵੋਗੇ ਤੇ ਦੋਸਤੋ ਤੁਹਾਡਾ ਸਵਾਗਤ ਆ ਜੀ ਕੈਨੇਡੀਅਨ ਗੇਲ ਬਲੌਗਸ ਤੇ ਫਿਰ ਇੱਕ ਵਾਰ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਮੈਂ ਬੇਨਤੀ ਕਰਦਾ ਜੀ ਸਾਰਿਆਂ ਨੂੰ ਕਿ ਹੁਣ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਕੋਈ ਕੰਮ ਨਹੀਂ ਹੈਗਾ ਹੁਣ ਕੈਨੇਡਾ ਜਿਹੜਾ ਆ ਤਕਰੀਬਨ ਜਿਹੜਾ ਆ ਖਤਮ ਹੋ ਚੁੱਕਾ ਆ ਹਾਂਜੀ ਇਹ ਮੈਂ ਨਹੀਂ ਕਹਿੰਦਾ ਜੀ ਇੱਦਾਂ ਉਹ ਕਹਿੰਦੇ ਆ ਜਿਹੜੇ ਕੰਮ ਕਰਕੇ ਇੱਥੇ ਰਾਜ਼ੀ ਨਹੀਂ ਹੈਗੇ ਇੰਡੀਆ ਘਰਦਿਆਂ ਨੂੰ ਫੋਨ ਕਰਦੇ ਆ ਕਿ ਜੀ ਕੰਮ ਹੈ ਨਹੀਂ ਗਾ ਹੁਣ ਇੱਥੇ ਕੁਛ ਵੀ ਹੈ ਨਹੀਂ ਗਾ ਮੈਂ ਕੀ ਕਰਾਂ ਕਿੱਦਾਂ ਕਰਾਂ ਹਨਾ ਪਰ ਇੱਥੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਇੱਦਾਂ ਦੇ ਬੰਦੇ ਉਹੀ ਕਹਿੰਦੇ ਜਾਂ ਤਾਂ ਜਿਹੜੇ ਇੰਡੀਆ ਤੋਂ ਜੀ ਮੇਰਾ ਹਿਸਾਬ ਦੇ ਨਾਲ ਜਿਹਨਾਂ ਕੋਲ ਪੈਸਾ ਇੰਡੀਆ ਤੋਂ ਹੈਗਾ ਆ ਉਹ ਇੰਡੀਆ ਤੋਂ ਪੈਸਾ ਮੰਗਾਉਣਾ ਚਾਹੁੰਦੇ ਆਪਣੇ ਘਰਦਿਆਂ ਤੋਂ ਨਾ ਜਿਹਨਾਂ ਨੂੰ ਪਤਾ ਹੈ ਕਿ ਮੇਰਾ ਇੰਡੀਆ ਵਧੀਆ ਸਰਦਾ ਸੀ ਮੇਰੇ ਘਰਦਿਆਂ ਦੀ ਵਧੀਆ ਆਮਦਨ ਹੈਗੀ ਆ ਉਹ ਇੱਦਾਂ ਦੀਆਂ ਗੱਲਾਂ ਇੱਥੇ ਕਿ ਕਰਦੇ ਆ ਕਿ ਕੰਮ ਹੈ ਨਹੀਂ ਗਾ ਉਹਨਾਂ ਨੇ ਇੰਡੀਆ ਕਦੇ ਭਾਰਾ ਕੰਮ ਨਹੀਂ ਕੀਤਾ ਹੁੰਦਾ ਤੇ ਉਹਨਾਂ ਨੇ ਬਸ ਜਿਹੜਾ ਐਸ਼ ਪ੍ਰਸਤੀ ਕੀਤੀ ਹੁੰਦੀ ਆ ਤੇ ਇੱਥੇ ਆ ਕੇ ਮਿਹਨਤ ਕਰਨ ਦੇ ਮਾਰੇ ਫਿਰ ਡਰਦੇ ਆ ਕਿਉਂਕਿ ਹਮੇਸ਼ਾ ਦੋਸਤੋ ਇੱਕ ਗੱਲ ਯਾਦ ਰੱਖੋ ਜੇਕਰ ਤੁਸੀਂ ਕੈਨੇਡਾ ਆਉਣਾ ਤਾਂ ਕੈਨੇਡਾ ਹਮੇਸ਼ਾ ਮਿਹਨਤ ਮੰਗਦੀ ਆ ਮਿਹਨਤ ਬਗੈਰ ਬਾਹਰਲੀ ਕੰਟਰੀਆਂ ਵਿੱਚ ਕੁਛ ਨਹੀਂ ਹੈਗਾ ਉਹ ਚਾਹੇ ਕੈਨੇਡਾ ਆ ਅਮੈਰੀਕਾ ਆ ਯੂਰਪ ਆ ਕਿਤੇ ਵੀ ਚੱਲ ਜਾਓ ਕਿਸੇ ਵੀ ਵੀਰ ਨੂੰ ਪੁੱਛ ਲਓ ਜੇ ਤੁਸੀਂ ਬਾਹਰਲੀ ਕੰਟਰੀ ਵਿੱਚ ਆ ਕੇ ਮਿਹਨਤ ਨਹੀਂ ਕਰਦੇ ਫਿਰ ਇੱਥੇ ਕੁਛ ਨਹੀਂ ਹੈਗਾ ਇੱਦਾਂ ਦਾ ਕਿਉਂਕਿ ਜੇ ਅਸੀਂ ਕਹਿ ਦਈਏ ਜੀ ਕੰਮ ਹੈ ਨਹੀਂ ਗਾ ਕੰਮ ਦੀ ਕੋਈ ਗੱਲ ਨਹੀਂ ਹੈਗੀ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਇੰਡੀਆ ਤੋਂ ਆਉਣਾ ਆ ਉਹ ਵੀਰ ਕੋਈ ਨਾ ਕੋਈ ਆਪਣੀ ਜਿਹੜੀ ਆ ਸਕਿੱਲ ਸਿੱਖ ਕੇ ਆਉਣ ਜਿੱਦਾਂ ਪਲੰਬਰ ਇਲੈਕਟ੍ਰੀਸ਼ਨ ਹੋ ਗਿਆ ਪੇਂਟਰ ਹੋ ਗਿਆ ਇੱਥੇ ਰੈਸਟੋਰੈਂਟਾਂ ਦੇ ਕੰਮ ਬਹੁਤ ਆ ਕੁਕਿੰਗ ਦਾ ਕੰਮ ਬਹੁਤ ਆ ਹੇਅਰ ਕਟਿੰਗ ਦਾ ਕੰਮ ਬਹੁਤ ਆ ਅਸੀਂ ਉੱਥੇ ਤਾਂ ਜਿਹੜਾ ਸੰਗ ਦੇ ਨਹੀਂ ਸਿੱਖੀਦਾ ਮੈਨੂੰ ਪਤਾ ਆ ਅਸੀਂ ਮੰਨੀ ਤੱਕ ਅਸੀਂ ਨਹੀਂ ਸਿੱਖਣਾ ਹੈਗਾ ਇਹ ਕੋਈ ਕੰਮਾਂ 'ਚ ਕੰਮ ਹੈ ਨਹੀਂ ਪਰ ਇੱਥੇ ਜਿਹੜੀ ਵੈਲਿਊ ਇਹਨਾਂ ਚੀਜ਼ਾਂ ਦੀ ਹੈ ਅਤੇ ਇਹਨਾਂ ਵਿੱਚ ਇੱਥੇ ਪੈਸਾ ਆ ਕੰਮ ਇੱਥੇ ਬਹੁਤ ਆ ਕੰਮ ਉਹੀ ਕਰ ਸਕਦਾ ਇੱਥੇ ਜਿਹਨੇ ਜ਼ਿੰਮੇਵਾਰੀ ਆਪਣੀ ਸਮਝਣੀ ਆ ਜਿਹੜਾ ਆਪਣਾ ਪਿੱਛੋਂ ਇੰਨਾ ਪੈਸਾ ਲਾ ਕੇ ਆਇਆ ਇੱਥੇ ਅਤੇ ਇੱਥੇ ਆ ਕੇ ਆਪਣਾ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਸੈਟਲ ਹੋ ਸਕਦਾ ਆਪਣੀ ਮਿਹਨਤ ਕਰਕੇ ਪਰ ਇੱਕ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਜਿਹਨੇ ਵੀ ਕੈਨੇਡਾ ਵਿੱਚ ਆਉਣਾ ਆ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖ ਕੇ ਆਵੇ ਕਿਉਂਕਿ ਜੇਕਰ ਤੁਹਾਡੇ ਕੋਲ ਸਕਿੱਲ ਹੈ ਨਹੀਂ ਕਿ ਫਿਰ ਤੁਹਾਨੂੰ ਜ਼ਰੂਰ ਹਾਂਜੀ ਇੱਦਾਂ 100% ਹੈਗਾ ਕਿ ਫਿਰ ਤੁਹਾਨੂੰ ਕੰਮ ਲੱਭਣਾ ਬਹੁਤ ਔਖਾ ਆ ਕਿਉਂਕਿ ਇੱਥੇ ਕੰਮ ਤਾਂ ਬਹੁਤ ਆ ਪਰ ਇੱਥੇ ਸਕਿੱਲ ਦੀ ਲੋੜ ਹੁੰਦੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਥੇ ਪੇਂਟਰ ਦਾ ਕੰਮ ਬਹੁਤ ਵਾ ਬਿਲਡਿੰਗ ਦਾ ਕੰਮ ਤਾਂ ਬਹੁਤ ਜ਼ਿਆਦਾ ਇੱਥੇ ਟਰੱਕਾਂ ਦਾ ਕਿਉਂਕਿ ਟਰੱਕਿੰਗ ਦਾ ਕੰਮ ਕਰਕੇ ਇੱਥੇ ਬਿਲਡਿੰਗ ਦੀ ਲੋੜ ਪੈਂਦੀ ਰਹਿੰਦੀ ਅਤੇ ਬਿਲਡਿੰਗ ਦੇ ਵਿੱਚ ਪੈਸੇ ਵੀ ਬਹੁਤ ਆ ਅਤੇ ਇਸ ਕਰਕੇ ਮੇਰੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਵੀ ਜਿਹਨੇ ਵੀ ਆਉਣਾ ਕੋਈ ਨਾ ਕੋਈ ਕੰਮ ਸਿੱਖ ਕੇ ਆਓ ਅਤੇ ਕੁੜੀਆਂ ਲਈ ਸਪੈਸ਼ਲ ਰੈਸਟੋਰੈਂਟ ਦੇ ਵਿੱਚ ਇੱਥੇ ਕੰਮ ਬਹੁਤ ਆ ਕੁਕਿੰਗ ਦਾ ਕਿਉਂਕਿ ਇੱਥੇ ਬਰਗਰ ਪੀਜ਼ੇ ਤਾਂ ਤੁਹਾਨੂੰ ਪਤਾ ਹੈ ਇਹ ਵੈਸਟਰਨ ਕਲਚਰ ਵਾ ਅਤੇ ਵੈਸਟਰਨ ਕਲਚਰ ਦੇ ਵਿੱਚ ਤਾਂ ਤੁਹਾਨੂੰ ਪਤਾ ਆ ਕਿੰਨਾ ਫੂਡ ਇਹ ਜਿਹੜਾ ਚੱਲਦਾ ਆ ਹੈ ਨਾ ਅਤੇ ਰੈਸਟੋਰੈਂਟ ਵਾਲੇ ਪੱਕੇ ਵੀ ਕਰਾਉਂਦੇ ਤੁਹਾਨੂੰ ਪੀ ਆਰ ਵੀ ਦਵਾਉਂਦੇ ਆ ਵਧੀਆ ਸੈਲਰੀ ਵੀ ਦਿੰਦੇ ਆ ਅਤੇ ਵਧੀਆ ਕੰਮ ਆ ਇਹ ਵੀ ਅਤੇ ਬਾਕੀ ਦੂਜੀ ਇਹ ਗੱਲ ਆ ਮੈਂ ਤੁਹਾਨੂੰ ਦੱਸਿਆ ਕਿ ਵੀਰਾਂ ਦੇ ਲਈ ਇਹੀ ਆ ਕਿ ਆਪਣਾ ਬਿਲਡਿੰਗ ਪਲੰਬਰ ਇਲੈਕਟ੍ਰੀਸ਼ਨ ਹੇਅਰ ਕਟਿੰਗ ਹੋਰ ਇੱਦਾਂ ਦੀਆਂ ਬਹੁਤ ਸਾਰੀਆਂ ਆਪਸ਼ਨਾਂ ਆਪਣੇ ਕੋਲ ਹੈਗੀਆਂ ਜਿਹਦੇ ਰਾਹੀਂ ਤੁਸੀਂ ਈਜ਼ਲੀ ਜਿਹੜਾ ਇੱਥੇ ਕੰਮ ਲੱਭ ਸਕਦੇ ਆ ਤੁਹਾਨੂੰ ਕੰਮ ਲੱਭਣ ਦੀ ਲੋੜ ਨਹੀਂ ਜੇਕਰ ਤੁਹਾਡੇ ਕੋਲ ਸਕਿੱਲ ਇਹ ਹੈਗੀ ਆ ਨਾ ਅਤੇ ਤੁਸੀਂ ਇੱਥੇ ਤੁਹਾਨੂੰ ਉਹਨਾਂ ਨੇ ਲੱਭਣਾ ਕਿ ਸਾਨੂੰ ਆਹ ਬੰਦਾ ਚਾਹੀਦਾ ਇੱਥੇ ਨੈੱਟ 'ਤੇ ਵੀ ਪਾਈਆਂ ਹੁੰਦੀਆਂ ਜੋਬਸ ਬਹੁਤ ਸਾਰੀਆਂ ਤੁਸੀਂ ਸਰਚ ਕਰ ਸਕਦੇ ਆ ਗੂਗਲ 'ਤੇ ਆ ਕੇ ਜਦੋਂ ਤੁਸੀਂ ਇੱਥੇ ਪਹੁੰਚ ਜਾਣਾ ਆ ਅਤੇ ਇੱਥੇ ਤਾਂ ਨੋਰਮਲੀ ਆ ਜਿਹੜੇ ਇੱਕ ਦੂਜੇ ਨੂੰ ਬੰਦੇ ਪੁੱਛਦੇ ਰਹਿੰਦੇ ਕਿ ਯਾਰ ਸਾਨੂੰ ਆਹ ਵਾਲਾ ਬੰਦਾ ਚਾਹੀਦਾ ਦੱਸ ਹੈ ਨਾ ਸਾਨੂੰ ਟ੍ਰੇਡਰ ਚਾਹੀਦਾ ਆ ਸਾਨੂੰ ਪੇਂਟਰ ਚਾਹੀਦਾ ਆ ਕਿਉਂਕਿ ਇੱਥੇ ਇਹਨਾਂ ਦੇ ਕੰਮਾਂ ਦੇ ਵਿੱਚ ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਵਾ ਕੰਮ ਉਹਨਾਂ ਲਈ ਇੱਥੇ ਨਹੀਂ ਹੈਗਾ ਜਿਹੜੇ ਮਿਹਨਤ ਨਹੀਂ ਕਰਨਾ ਚਾਹੁੰਦੇ ਜਾਂ ਜਿਹੜੇ ਹਾਰਡ ਵਰਕ ਨਹੀਂ ਇੱਥੇ ਕਰਨਾ ਚਾਹੁੰਦੇ ਹੈ ਨਾ ਉਹਨਾਂ ਲਈ ਇੱਥੇ ਕੰਮ ਨਹੀਂ ਹੈਗਾ ਉਹ ਹਲਕਾ ਕੰਮ ਭਾਲਦੇ ਰਹਿੰਦੇ ਜੀ ਸਾਨੂੰ ਕੋਈ ਹੋਰ ਕੰਮ ਦੇ ਦਿਓ ਇੱਦਾਂ ਦਾ ਬਾਕੀ ਇੱਥੇ ਸਕਿਉਰਟੀ ਗਾਰਡ ਦਾ ਕੰਮ ਵੀ ਵਧੀਆ ਆ ਇੱਥੇ ਨੂੰ ਇੱਥੇ ਵੇਅਰ ਹਾਊਸ ਜਿਹਨੂੰ ਆਪਾਂ ਇੱਥੇ ਇੰਡੀਆ ਦੇ ਵਿੱਚ ਗੋਦਾਮ ਸੱਦਦੇ ਹਾਂ ਉਹ ਵੀ ਬਹੁਤ ਹੈਗੇ ਇੱਥੇ ਉਹਨਾਂ ਵਿੱਚ ਸਕਿਉਰਟੀ ਗਾਰਡ ਦਾ ਕੰਮ ਨਾਈਟ ਸ਼ਿਫਟਾਂ ਵਿੱਚ ਮਿਲ ਜਾਂਦਾ ਹੈ ਡੇ ਸ਼ਿਫਟਾਂ ਵਿੱਚ ਵੀ ਮਿਲ ਜਾਂਦਾ ਆ ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਜੋਬਸ ਇੱਥੇ ਹੈਗੀਆਂ ਅਵੇਲੇਬਲ ਕੈਨੇਡਾ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਇੱਥੇ ਕੈਨੇਡਾ ਦੇ ਵਿੱਚ ਕੰਮ ਹੈ ਨਹੀਂ ਗਾ ਜਾਂ ਕੁਛ ਵੀ ਹੈ ਨਾ ਅਤੇ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਇੰਡੀਆ ਤੋਂ ਆਉਣਾ ਇੱਦਾਂ ਦੀ ਕਿਸੇ ਦੀਆਂ ਗੱਲਾਂ ਵਿੱਚ ਨਾ ਆਓ ਕਿ ਕੈਨੇਡਾ ਵਿੱਚ ਕੰਮ ਹੈ ਨਹੀਂ ਗਾ ਕੰਮ ਬਹੁਤ ਵਾ ਬਸ ਇਹਨਾਂ ਕੈਟਾਗਰੀਆਂ ਵਿੱਚੋਂ ਕੋਈ ਨਾ ਕੋਈ ਇੱਕ ਜ਼ਰੂਰ ਸਿੱਖ ਕੇ ਆਓ ਸਾਰੀਆਂ ਸੇਮ ਆ ਸੇਮ ਸੈਲਰੀ ਆ ਅੱਗੇ ਜਾ ਕੇ ਤੁਸੀਂ ਫਿਊਚਰ ਦੇ ਵਿੱਚ ਫਿਰ ਕੀ ਆ ਆਪਣਾ ਕੰਮ ਵੀ ਇਹਦੇ ਵਿੱਚ ਆਪਣਾ ਵੀ ਇੱਕ ਕੰਮ ਖੋਲ੍ਹਣ ਦਾ ਤੁਸੀਂ ਸੋਚ ਸਕਦੇ ਹਾਂ ਕਿ ਹਾਂਜੀ ਅਸੀਂ ਜੇ 4-5 ਸਾਲ ਲਾ ਲਏ ਇਸ ਕੰਮ ਦੇ ਵਿੱਚ ਪੱਕੇ ਹੋ ਗਏ ਪੀ ਆਰ ਹੋ ਗਏ ਹਾਂ ਅਤੇ ਫਿਰ ਹੁਣ ਅਸੀਂ ਜਿਹੜਾ ਆ ਆਪਣਾ ਕੰਮ ਖੋਲ੍ਹਣ ਦਾ ਜਿਹੜਾ ਆ ਕੋਈ ਇੱਛਾ ਜ਼ਾਹਰ ਕਰਦਾ ਉਹ ਕਰ ਸਕਦਾ ਆ
ਸੌਖੇ ਤਰੀਕੇ ਦੇ ਨਾਲ। ਤੇ ਮੇਰੀ ਇਹੀ ਬੇਨਤੀ ਸੀ ਕਿ ਬਹੁਤ ਸਾਰੀਆਂ ਵੀਡੀਓਜ਼ ਨੈੱਟ 'ਤੇ ਹੈਗੀਆਂ ਜੀ, ਇੱਥੇ ਕੰਮ ਹੈ ਨੀਗਾ, ਹੁਣ ਕੋਈ ਫਾਇਦਾ ਨਹੀਂ ਕੈਨੇਡਾ ਵਿੱਚ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਇਹ ਗੱਲ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਕਿ ਜੇਕਰ ਤੁਸੀਂ ਕੋਈ ਵੀ ਸਕਿੱਲ ਸਿੱਖ ਕੇ ਆਉਂਦੇ, ਤੁਹਾਨੂੰ ਆਪ ਬੰਦਿਆਂ ਨੇ ਆ ਕੇ ਲੱਭਣਾ ਕਿ ਸਾਨੂੰ ਹਾਂਜੀ ਆਹ ਬੰਦਾ ਚਾਹੀਦਾ ਆ, ਕਿਉਂਕਿ ਇੱਥੇ ਬਿਲਡਿੰਗ ਦੇ ਕੰਮ ਵਿੱਚ ਬੰਦਿਆਂ ਦੀ ਲੋੜ ਵਾ, ਕੁਕਿੰਗ ਦੇ ਕੰਮ ਵਿੱਚ, ਹੇਅਰ ਕਟਿੰਗ ਦੀਆਂ ਦੁਕਾਨਾਂ ਬਹੁਤ ਖੁੱਲ੍ਹੀ ਜਾਂਦੀਆਂ ਇੱਥੇ ਦਿਨੋਂ ਦਿਨ, ਉਹਨਾਂ ਨੂੰ ਲੋੜ ਵਾ, ਇਹਨਾਂ ਨੇ ਨੈੱਟ 'ਤੇ ਪਾਇਆ ਹੁੰਦਾ ਰੋਜ਼ ਕੋਈ ਨਾ ਕੋਈ, ਹੈ ਨਾ। ਅਤੇ ਇੱਥੇ ਜਿਹੜਾ ਆ ਪੇਂਟਰ ਦੀ ਲੋੜ ਵਾ, ਬਿਲਡਿੰਗਾਂ ਨਵੀਆਂ ਬਹੁਤ ਬਣ ਰਹੀਆਂ, ਪੇਂਟਿੰਗ ਦੀਆਂ ਕਰਨ ਦੀ ਲੋੜ ਹੁੰਦੀ ਉਹਨਾਂ ਨੂੰ, ਹੈ ਨਾ। ਇਲੈਕਟ੍ਰੀਸ਼ਨ ਦਾ ਕੰਮ ਬਹੁਤ ਵਧੀਆ ਇੱਥੇ, ਪਲੰਬਰ ਦਾ ਪੈਸਾ ਇਹਦੇ ਵਿੱਚ ਇੱਥੇ ਬਹੁਤ ਆ, ਘੰਟੇ ਦੇ $30-30 ਇੱਥੇ ਲੈਂਦੇ ਆ ਜਿਹੜੇ ਪਲੰਬਰ ਦੇ ਕੰਮ ਕਰਦੇ ਆ ਵੀਰ, ਹੈ ਨਾ। ਸੋ ਮੇਰੀ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਵੀ ਜਿਹਨੇ ਵੀ ਇੰਡੀਆ ਤੋਂ ਆਉਣਾ ਹੈ ਉਹ ਕੋਈ ਨਾ ਕੋਈ ਆਪਣੀ ਸਕਿੱਲ ਜ਼ਰੂਰ ਸਿੱਖ ਕੇ ਆਵੋ। ਅਤੇ ਉਮੀਦ ਕਰਦਾ ਹਾਂ ਕਿ ਜੀ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਅਤੇ ਕੋਈ ਵੀ ਤੁਸੀਂ ਆਪਣਾ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰੋ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ, ਧੰਨਵਾਦ।